ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਹੁੰਚੇ ਹਾਂ ਤਪ ਅਸਥਾਨ ਬ੍ਰਹਮ ਗਿਆਨੀ ਸੰਤ ਬਾਬਾ ਕਾਨ ਦਾਸ ਜੀ, ਕੁਟੀਆ ਸਾਹਿਬ, ਪਿੰਡ ਬਡਰੁੱਖਾਂ, ਜ਼ਿਲ੍ਹਾ ਸੰਗਰੂਰ, ਜੋ ਕਿ ਮਸਤਵਾਣਾ ਸਾਹਿਬ ਜੀ ਦੀ ਪਾਕ ਧਰਤੀ ਤੋਂ ਲਗਭਗ 2 ਕਿਲੋਮੀਟਰ ਦੀ ਦੂਰੀ ਅਤੇ ਬਡਰੁੱਖਾਂ ਤੋਂ ਚੰਗਾਲ ਜਾਂਦੇ ਸੜਕ 'ਤੇ ਸਥਿਤ ਹੈ। ਅੱਜ ਅਸੀਂ ਇੱਥੋਂ ਦੇ ਜਿਹੜੇ ਮੌਜੂਦਾ ਮੁਖੀ ਉਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਇਸ ਜਗ੍ਹਾ ਦੇ ਇਤਿਹਾਸ 'ਤੇ ਚਾਨਣਾ ਪਾਵਾਂਗੇ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਜਗ੍ਹਾ ਬਹੁਤ ਹੀ ਹਰੀ ਭਰੀ ਅਤੇ ਸ਼ਾਂਤਮਈ ਹੈ। ਬੜਾ ਹੀ ਆਨੰਦ ਆ ਰਿਹਾ ਹੈ। ਇਹ ਇਸ ਜਗ੍ਹਾ ਦੀ ਮੇਨ ਐਂਟਰੈਂਸ, ਜਿਹਨੂੰ ਕਿ ਆਪਾਂ ਮੇਨ ਗੇਟ ਕਹਿ ਦਿੰਦੇ ਹਾਂ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਇੱਥੇ ਸੇਵਾਦਾਰ ਆਪਣੀ ਸੇਵਾ ਨਿਭਾ ਰਹੇ ਨੇ। ਰੋ ਬਹੁਤ ਹੀ ਬੂਟਿਆਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ। ਬਹੁਤ ਹੀ ਹਰੀ ਭਰੀ ਜਗ੍ਹਾ, ਸੇਵਾਦਾਰ ਸੇਵਾ ਕਰਦੇ ਹੋਏ। ਇਸ ਜਗ੍ਹਾ ਦਾ ਇਤਿਹਾਸ ਬਹੁਤ ਹੀ ਪੁਰਾਤਨ ਹੈ। ਬਜ਼ੁਰਗਾਂ ਦੁਆਰਾ ਦੱਸਣ ਅਨੁਸਾਰ ਕਿਹਾ ਜਾਂਦਾ ਹੈ ਕਿ ਤ੍ਰੇਤਾ ਯੁੱਗ ਦੇ ਅਵਤਾਰ ਸ਼੍ਰੀ ਰਾਮ ਚੰਦਰ ਜੀ ਅਤੇ ਸੀਤਾ ਮਾਤਾ ਆਪਣੇ ਬਨਵਾਸ ਦੌਰਾਨ ਇੱਥੇ ਕੁਝ ਪਲ ਬਤੀਤ ਕਰਕੇ ਗਏ ਸਨ ਅਤੇ ਇਹ ਧਰਤੀ ਬਹੁਤ ਹੀ ਪਾਕ ਅਤੇ ਪਵਿੱਤਰ, ਜਿੱਥੇ ਕਿ ਬਹੁਤ ਹੀ ਰਿਸ਼ੀ ਮੁਨੀ ਅਤੇ ਸਾਧੂਆਂ ਨੇ ਆਪਣੀ ਚਰਨ ਪਾਏ ਹਨ ਅਤੇ ਤਪੱਸਿਆ ਕੀਤੀ ਹੈ। ਤੋ ਆਓ ਇੱਥੋਂ ਦੇ ਮੌਜੂਦਾ ਮੁਖੀ ਸੰਤ ਬਾਬਾ ਮਨਜੋਤ ਸਿੰਘ ਜੀ ਨਾਲ ਆਪਾਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਅਸੀਂ ਇਸ ਸਥਾਨ ਬਾਰੇ ਇੱਥੋਂ ਦੇ ਇਲਾਕਾ ਨਿਵਾਸੀਆਂ ਦੁਆਰਾ ਬਹੁਤ ਸੁਣਿਆ ਹੈ ਅਤੇ ਜਿਵੇਂ ਕਿ ਅਸੀਂ ਦੇਖ ਸਕਦੇ ਹਾਂ, ਇਹ ਜਗ੍ਹਾ ਬਹੁਤ ਹੀ ਹਰੀ ਭਰੀ ਅਤੇ ਸ਼ਾਂਤਮਈ ਹੈ ਅਤੇ ਲੋਕਾਂ ਦੁਆਰਾ ਦੱਸਿਆ ਗਿਆ ਕਿ ਸ਼ੀਸ਼ੇ ਮੁਨੀਆਂ ਦੀ ਧਰਤੀ ਹੈ ਅਤੇ ਅਸੀਂ ਇੱਥੋਂ ਦੇ ਇਤਿਹਾਸ ਬਾਰੇ ਜਾਣਨਾ ਚਾਹੁੰਦੇ ਹਾਂ। ਤਾਂ ਤੁਸੀਂ ਕਿਰਪਾ ਕਰਕੇ ਇੱਥੋਂ ਦੀ ਇਸ ਸਥਾਨ ਦੀ ਮਹੱਤਤਾ ਜਾਂ ਮਹਾਨਤਾ ਬਾਰੇ ਚਾਨਣਾ ਪਾਓ। ਸੋ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਹੜਾ ਤੁਸੀਂ ਸਾਹਮਣੇ ਸਥਾਨ ਦੇਖ ਰਹੇ ਹੋ, ਤਪ ਅਸਥਾਨ ਬ੍ਰਹਮ ਗਿਆਨੀ ਸੰਤ ਬਾਬਾ ਕਾਨ ਦਾਸ ਜੀ, ਆਓ ਆਪਾਂ ਵਿਸਤਾਰਪੂਰਵਕ ਗੱਲ ਕਰਦੇ ਹਾਂ ਇਸ ਬਾਰੇ, ਦਰਸ਼ਨ ਜੀ ਨਾਲ ਕਰਵਾਉਂਦੇ ਹੋ। ਇਹ ਤਪ ਅਸਥਾਨ ਹੈ ਸੰਤ ਬਾਬਾ ਕਾਨ ਦਾਸ ਜੀ ਦਾ, ਜਿਹੜੇ ਕਿ ਨਗਰ ਸਿਓੜਾ ਸਾਹਿਬ ਜਿੱਥੋਂ ਦੇ ਸ਼੍ਰੀ ਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਹੋਏ ਨੇ। ਬੜਾ ਲੰਮਾ ਸਮਾਂ 68 ਸਾਲ ਉਹ ਕੀਰਤਨ ਕਰਦੇ ਰਹੇ ਨੇ। ਉਹਨਾਂ ਦੀ ਪਾਵਨ ਧਰਤੀ ਤੋਂ ਇਹ ਮਹਾਂਪੁਰਸ਼ ਹੋਏ ਨੇ ਸੰਤ ਬਾਬਾ ਕਾਨ ਦਾਸ ਜੀ। ਸੋ ਜਿਹੜੇ ਕਿ ਆਪਣੇ ਗੁਰੂ ਮਹਾਂਪੁਰਸ਼ ਸੰਤ ਬਾਬਾ ਮਾੜੂ ਰਾਮ ਜੀ ਮਹਾਰਾਜ ਤੋਂ ਹੁਕਮ ਲੈ ਕਰਕੇ ਇਸ ਧਰਤੀ 'ਤੇ ਆਏ ਅਤੇ ਉਹਨਾਂ ਨੇ ਇੱਥੇ 40 ਸਾਲ ਆ ਤਪ ਅਸਥਾਨ ਵਿੱਚ ਤਪ ਕਰਿਆ। ਹਵਨ ਤੋਂ ਦਰਸ਼ਨ ਸੰਗਤਾਂ ਨੂੰ ਕਰਵਾ ਸਕਦੇ ਹੋ। ਸੋ ਬਾਬਾ ਜੀ, ਇਸ ਦਾ ਵੀ ਕੋਈ ਪੁਰਾਤਨ ਇਤਿਹਾਸ ਹੈ? ਜੇ ਤੁਸੀਂ ਜਿਹੜਾ ਪਲਕ ਦੇਖ ਰਹੇ ਹੋ, ਇਹ ਸੰਤ ਬਾਬਾ ਕਾਨ ਦਾਸ ਜੀ ਮਹਾਰਾਜ ਨੂੰ ਇਹਨਾਂ ਦੇ ਗੁਰੂ ਜੀਆਂ ਨੇ ਅੱਜ ਤੋਂ ਤਕਰੀਬਨ 100-120 ਸਾਲ ਪਹਿਲਾਂ ਦੇ ਕੇ ਭੇਜਿਆ ਸੀਗਾ ਅਤੇ ਹੁਕਮ ਲਾ ਕੇ ਭੇਜਿਆ ਸੀ ਵੀ ਮਸਤਵਾਣਾ ਸਾਹਿਬ ਦੀ ਧਰਤੀ 'ਤੇ ਕੋਈ ਐਸਾ ਮਹਾਂਪੁਰਸ਼ ਹੈ ਤੁਹਾਡੇ 'ਚੋਂ ਵੀ ਜਿਹੜਾ ਬਰਾਬਰ ਦਾ ਬਾਬਾ ਅਜਤ ਸਿੰਘ ਜੀ ਮਹਾਰਾਜ ਦੇ ਮਾਣ ਪਾ ਸਕੇ, ਤਾਂ ਉਸ ਸਮੇਂ ਫਿਰ ਬਾਬਾ ਕਾਨ ਦਾਸ ਜੀ ਇਸ ਪਲੰਗ ਨੂੰ ਲੈ ਕਰਕੇ ਹੁਕਮ ਲੈ ਕੇ ਮਹਾਂਪੁਰਸ਼ਾਂ ਨਾਲ ਚੱਲੇ ਸੀਗੇ ਅਤੇ ਉਰੇ ਆ ਕੇ ਮਹਾਂਪੁਰਸ਼ਾਂ ਨੇ ਇਹ ਪਲੰਗ ਉੱਤੇ ਕਾਫ਼ੀ ਸਾਰੀ ਉਮਰ ਹੀ ਮਹਾਂਪੁਰਸ਼ ਇਹ ਪਲੰਗ ਉੱਤੇ ਕੱਢਿਆ ਅਤੇ ਇਸ ਪਾਵਨ ਪਲੰਗ 'ਤੇ ਸੰਤ ਬਾਬਾ ਅਜਤ ਸਿੰਘ ਜੀ ਵੀ ਮਹਾਂਪੁਰਸ਼ ਕਰੇ ਕਿ ਤਾਂ ਹੀ ਜਦੋਂ, ਕਿਉਂਕਿ ਇਹ ਬੀੜ ਬਹੁਤ ਵੱਡਾ ਸੀ ਪਹਿਲਾਂ, ਜੰਗਲ ਸੀਗਾ ਅਤੇ ਬਾਬਾ ਅਜਤ ਸਿੰਘ ਜੀ ਮਹਾਰਾਜ ਜਦੋਂ ਮਸਤਵਾਣਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਨੂੰ ਬਣਾਇਆ ਉਸਾਰਿਆ, ਉਸ ਸਮੇਂ ਇੱਥੇ ਮਹਾਰਾਜ ਦਾ ਜੰਗੀ ਜਥਾ ਰਹਿੰਦਾ ਹੁੰਦਾ ਸੀ ਬਾਬਾ ਅਜਤ ਸਿੰਘ ਜੀ ਨੂੰ। ਠੀਕ, ਇਹ ਉਸ ਸਮੇਂ ਦਾ ਪੁਰਾਤਨ ਝੇੜਾ, ਤੁਸੀਂ ਦਰਸ਼ਨ ਤੁਹਾਨੂੰ ਕਰਵਾਵਾਂਗੇ। ਅਤੇ ਉਹ ਸਮੇਂ ਮਹਾਰਾਜ ਦਾ ਜੰਗੀ ਜਥਾ ਉਰੇ ਰਹਿ ਕੇ ਸੇਵਾ ਕਰਦਾ ਹੁੰਦਾ ਸੀ, ਲੱਕੜ ਦੀ ਕਟਾਈ ਹੁੰਦੀ ਸੀ ਵੀਰ, ਤਾਂ ਉਸ ਸਮੇਂ ਫਿਰ ਬਾਬਾ ਕਾਨ ਦਾਸ ਜੀ ਇੱਥੇ ਆਏ ਸੀ ਅਤੇ ਉਹਨਾਂ ਨੇ ਮਹਾਰਾਜਿਆਂ ਨੇ ਬਾਬਾ ਅਜਤ ਸਿੰਘ ਨੇ ਭੱਠਾ ਲਾਇਆ ਮਸਤੋਣਾ ਬਣਾਉਣ ਦੇ ਵਾਸਤੇ, ਉਦੋਂ ਇਹ ਕਮਰਾ ਵੀ ਬਾਬਾ ਅਜਤ ਸਿੰਘ ਮਹਾਰਾਜ ਨੇ ਤਿਆਰ ਕੀਤਾ ਸੀਗਾ ਅਤੇ ਇੱਥੇ ਜੰਗੀ ਜਥਾ ਆਪਣਾ ਪ੍ਰਸ਼ਾਦਾ ਪਾਣੀ ਛਕਦਾ ਸੀ ਵਗੈਰਾ ਬਹਿ ਕੇ, ਅਤੇ ਇੱਥੇ ਫਿਰ ਬਾਬਾ ਕਾਨ ਦਾਸ ਜੀ ਮਹਾਰਾਜ ਨੇ 40 ਸਾਲ ਤਪ ਕਰਿਆ। ਆਓ ਆਪਾਂ ਬਾਹਰੋਂ ਤੋਂ ਝਿੜੇ ਦੇ ਦਰਸ਼ਨ ਕਰਵਾਉਂਦੇ ਹਾਂ। ਹਾਂਜੀ ਬਾਬਾ ਜੀ, ਅਤੇ ਜੰਗੀ ਜਥਾ ਬਾਬਾ ਅਜਤ ਸਿੰਘ ਜੀ ਮਹਾਰਾਜ ਦਾ ਬਹੁਤ ਹੀ ਠੰਡੀ ਅਤੇ ਸ਼ਾਂਤਮਈ ਜਗ੍ਹਾ ਹੈ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ।
हाँ जी बाबा जी जिमें कि आप देख सकते हैं बहुत ही ज्यादा फैली हुई लाइक पुरातन जगह है बाबा जी जिमें आप देख सकते हैं ये जेडे आ लगे हुए ने बूटे ये बहुत ही संघना स्ट्रक्चर है इन्हों का इन्हों का कोई इतिहास ज कोई महत्ता की इन्हों की महत्ता है चानना पाई कहते नहीं हींस का बूटा है हींस का बूटा हींस का बूटा है ये जो महाराज जंगी जसा इतने लकड़ की कटाई करता सी उदो पहला इन्ने कमरे क्योंकि जंगल ही सारा तो उदो जंगी जसा इन्हें थले पैदा होंगे राता कटता से क्योंकि इन्ना ज्यादा संघन मीह की बारिश है जी नहीं जाती अंदर मतलब कोई कणी या मीह का कोई चांस नहीं 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 चांस नहीं फिर रात जो जंगी जसा थले कटता हों बाकी आल देख सकते हो बहुत ही पुरातन दो दो डेढ़ डेढ़ सौ साल पुराने निम खड़े ने हाँ जी जिमें कि दर्शको तुम देख सकते हो बहुत ही संघना स्ट्रक्चर है यह सौ सौ डेढ़ डेढ़ सौ साल पुराने दरखत ने अपा इन्हों रूट्स हाले भी मतलब आप कही इन्ने पुराने होने के बावजूद भी ये अज भी हरे भरे ने झिड़ी बहुत ही पीसफुल शांतमई है इतने आ के सानू बहुत सुकून महसूस हो रहा जिमें आप कह सकते हैं देखो देख सकते हो निम बड़ा पुराना खोखला हो चुका हूँ फिर भी खड़ा है अच्छा जी ये बिचो खोखला हो चुका है एक बार अपन नेड़ो दे देख लेने हैं नेड़ो देखो एक खोखला हो चुका है फिर भी महाराज की कृपा नाल खड़ा है निम है बहुत पुराना देखो जी निम सानू थोड़ा जा नेड़ो नेड़ तो दिखाने हैं निम देखो बिल्कुल ही खोखला हो चुका है बिचों पर फिर भी अज भी यह हरा भरिया है जिमें कि आप देख सकते हैं तो बहुत ही पुराने अते महान साधुओं अते ऋषियां मुनियां ने इत्थे स्थान ते तप किया है आओ इस जगह के इतिहास बारे होर जानने की कोशिश करते हैं इतों के मुखी जी तो बाबा जी हाँ पिपल ये बड़ा ही विशाल है देखने च ਇਹਦਾ ਇਹ ਕਿੰਨਾ ਕੁ ਪੁਰਾਣਾ ਹੋ ਸਕਦਾ ਬਾਬਾ ਜੀ ਕਿੰਨਾ ਕੁ ਪੁਰਾਣਾ ਮੇਰੇ ਹਿਸਾਬ ਨਾਲ ਦੱਸਣ ਦੇ ਅਨੁਸਾਰ ਹੋਊਗਾ 350-300 400 ਸਾਲ ਪੁਰਾਣਾ ਪਿੱਪਲ ਹੈ ਬਹੁਤ ਪੁਰਾਣਾ ਅੱਛਾ ਬਾਬਾ ਜੀ ਬਹੁਤ ਹੀ ਖੜਾ ਹੈ ਹਰਾ ਭਰਾ ਹਾਂਜੀ ਦੇਖਣ ਜੀ ਪਤਾ ਲੱਗਦਾ ਦੇਖੋ ਇੱਕ ਤਰ੍ਹਾਂ ਦਾ ਬਹੁਤ ਹੀ ਵਿਸ਼ਾਲ ਸਟਰਕਚਰ ਮੈਂ ਕਹਿ ਸਕਦੇ ਹਾਂ ਨੇੜ ਤੋਂ ਦਿਖਾ ਦਿੰਦੇ ਹਾਂ ਤੁਹਾਨੂੰ ਜਿਵੇਂ ਕਿ ਜੜਾਂ ਤੋਂ ਹੀ ਪਤਾ ਲੱਗਦਾ ਦੇਖਣ 'ਚ ਵੀ ਕਿੰਨਾ ਸਮਾਂ ਹੋ ਗਿਆ ਇਸ ਚੀਜ਼ ਨੂੰ ਲੱਗੀ ਨੂਰੇ ਬਾਬਾ ਜੀ ਇੱਥੇ ਅਸੀਂ ਸੁਣਿਆ ਹੈ ਕਿ ਤ੍ਰੇਤੇ ਯੁੱਗ ਦੇ ਅਵਤਾਰ ਸ਼੍ਰੀ ਰਾਮ ਚੰਦਰ ਜੀ ਨਾਲ ਵੀ ਇਸ ਜਗ੍ਹਾ ਦਾ ਇਤਿਹਾਸ ਜੁੜਿਆ ਹੋਇਆ ਹੈ ਹਾਂਜੀ ਵਾਕਈ ਜਗ੍ਹਾ ਨਾਲ ਇਤਿਹਾਸ ਜੁੜਿਆ ਹੋਇਆ ਹੈ ਜਦੋਂ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਬਨਵਾਸ ਲੈ ਕਰਕੇ 14 ਸਾਲ ਦਾ ਬਨਵਾਸ ਕੱਟਿਆ ਫਿਰ ਉਹਨਾਂ ਨੇ ਆਹ ਜਗ੍ਹਾ 'ਤੇ ਵੀ ਚਰਨ ਪਏ ਨੇ ਸੀਤਾ ਮਾਤਾ ਜੀ ਨਾਲ ਉਹਨਾਂ ਨੇ ਆਹ ਜਗ੍ਹਾ 'ਤੇ ਵੀ ਬਨਵਾਸ ਕੱਟਿਆ ਕੁਝ ਸਮਾਂ ਪਲ ਬਿਤਾਏ ਨੇ ਸਮਾਂ ਬਤੀਤ ਕੀਤਾ ਹੈ ਅਤੇ ਉਸ ਤੋਂ ਬਾਅਦ ਉਹਨਾਂ ਤੋਂ ਬਾਅਦ ਵੀ ਕਾਫੀ ਰਿਸ਼ੀ ਮੁਨੀ ਬਾਬਾ ਬ੍ਰਹਮਦਾਸ ਜੀ ਸੁਣਿਆ ਕਿਉਂਕਿ ਲੋਕਾਂ ਨੇ ਦੇਖਿਆ ਨਹੀਂ ਮਹਾਂਪੁਰਸ਼ ਗੁਪਤ ਹੀ ਰਹੇ ਨੇ ਕਿਉਂਕਿ ਪਹਿਲਾਂ ਇਹ ਝਿੜਾ ਹੋਰ ਵੀ ਸੰਘਣਾ ਹੁੰਦਾ ਸੀ ਕੋਈ ਡਰਦੇ ਦੇ ਅੰਦਰ ਨਹੀਂ ਸੀ ਵੜਦਾ ਹੁੰਦਾ ਅੱਜ ਵੀ ਇਹੀ ਰੀਤੀ ਚੱਲਦੀ ਆ ਰਹੀ ਹੈ ਅਤੇ ਉਹਨਾਂ ਤੋਂ ਬਾਅਦ ਬਾਬਾ ਬ੍ਰਹਮਦਾਸ ਜੀ ਹੋਏ ਨੇ ਬੜਾ ਸਮਾਂ ਉਹ ਵੀ ਧੂਣਾ ਤਾਪਦੇ ਰਹੇ ਨੇ ਇੱਥੋਂ ਦੇ ਸੋ ਉਹਨਾਂ ਤੋਂ ਬਾਅਦ ਤ੍ਰੇਤੇ ਦੇ ਅਵਤਾਰ ਤੋਂ ਬਾਅਦ ਤੁਰੇ ਬਾਬਾ ਬ੍ਰਹਮਦਾਸ ਜੀ ਆਏ ਉਹਨਾਂ ਨੇ ਬੜਾ ਸਮਾਂ ਤਪ ਕਰਿਆ ਉਹਨਾਂ ਤੋਂ ਬਾਅਦ ਕੋਈ ਰਾਜੇ ਦਾ ਪੁੱਤਰ ਬਰਾਗੀ ਹੋ ਕੇ ਇੱਥੇ ਉਹਨਾਂ ਨੇ ਵੀ ਤਪ ਕਰਿਆ ਅਤੇ ਉਸ ਤੋਂ ਬਾਅਦ ਫਿਰ 20ਵੀਂ ਸਦੀ ਦੇ ਅਵਤਾਰ ਬਾਬਾ ਤਰ ਸਿੰਘ ਜੀ ਮਹਾਰਾਜ ਨੇ ਉਰੇ ਬਹਿ ਕੇ ਫਿਰ ਜੰਗੀ ਜਥੇ ਡਿਊਟੀ ਲਾ ਕੇ ਕਟਾਈ ਕਰਵਾਈ ਲੱਕੜ ਦੀ ਜੋ ਗੁਰਦੁਆਰਾ ਭੱਠਾ ਸਾਹਿਬ ਲੱਕੜ ਜਾਂਦੀ ਸੀ ਉਧਰੋਂ ਸਰੋਵਰ ਦੀ ਖੁਦਾਈ ਤੋਂ ਮਿੱਟੀ ਹੋ ਕੇ ਇਹ ਭੱਠਾ ਸਾਹਿਬ ਜਿਹੜਾ ਮਸਤੋਣਾ ਸਾਹਿਬ ਜੀ ਨਾਲ ਲੱਗੇ ਹੈ ਹਾਂਜੀ ਮਤਲਬ ਮਸਤੋਣਾ ਸਾਹਿਬ ਦੀ ਜਿਹੜੀ ਲੱਕੜ ਦੀ ਸਾਰੀ ਕਾਰਗੁਜ਼ਾਰੀ ਉਰੋਂ ਹੋਈ ਹੈ ਸਾਰੀ ਕਾਰਗੁਜ਼ਾਰੀ ਬਾਬਾ ਤਰ ਸਿੰਘ ਜੀ ਮਹਾਰਾਜ ਨੇ ਉਰੇ ਪੜਾਓ ਕੀਤਾ ਨਾਗੀ ਗੁਰਦੁਆਰਾ ਪੜਾਓ ਸਾਹਿਬ ਵੀ ਹੈ ਅੱਛਾ ਉੱਥੇ ਵੀ ਮਹਾਰਾਜ 12 ਦਿਨ ਉੱਥੇ ਕੱਟੇ ਆ ਮਹਾਰਾਜ ਪੜਾਓ ਕੀਤਾ ਸੀ ਉੱਥੇ ਸੋ ਉਹਨਾਂ ਤੋਂ ਬਾਅਦ ਫਿਰ ਉਹ ਸਮੇਂ ਦੌਰਾਨ ਹੀ ਫਿਰ ਉਰੇ ਬਾਬਾ ਕਾਨਦਾਸ ਜੀ ਆਏ ਨੇ ਠੀਕ ਹੈ ਜੀ ਠੀਕ ਹੈ ਬਾਬਾ ਕਾਨਦਾਸ ਜੀ ਮੈਂ ਸੁਣਿਆ ਪਿਛੋਕੜ ਆਪਣਾ ਸਿੱਧਸਰ ਸਿਉੜਾ ਸਾਹਿਬ ਤੋਂ ਹੈ ਨਾ ਜੀ ਇਹਨਾਂ ਦਾ ਪਿਛੋਕੜ ਸਿੱਧਸਰ ਸਿਉੜਾ ਸਾਹਿਬ ਦਾ ਸੀ ਜਿੱਥੋਂ ਦੇ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਹੋਏ ਨੇ ਬੜੀ ਪਾਵਨ ਧਰਤੀ ਦੇ ਸੋ ਪਿੱਛੋਂ ਪਿਛੋਕੜ ਇਹਨਾਂ ਦਾ ਸਿੱਧਸਰ ਸਿਉੜੇ ਦਾ ਹੀ ਸੀਗਾ ਫਿਰ ਮਹਾਂਪੁਰਸ਼ ਹੁਕਮ ਲੈ ਕੇ ਆਪਣੇ ਗੁਰੂ ਦਾ ਉਹਨਾਂ ਨੂੰ ਇੱਥੇ ਆਉਣਾ ਪਿਆ ਆ ਤੁਸੀਂ ਹੁਣ ਪਾਵਨ ਦਰਸ਼ਨ ਕਰਵਾਉਂਦੇ ਹੋਰ ਵੀ ਪੁਰਾਤਨ ਦਰਖਤ ਉਹੀ ਇਸ ਦੇ ਵਿੱਚ ਵੀ ਨਿੰਮ ਦੇਖੋ ਕਿੰਨਾ ਪੁਰਾਤਨ ਖੜਾ ਟੁੱਟ ਗਿਆ ਵੈਸੇ ਹੁਣ ਤਾਂ ਉਹ ਹਾਂਜੀ ਹਲੇ ਵੀ ਪਰ ਉਹਦੀ ਜੜ ਖੜੀ ਹੈ ਬਹੁਤ ਪੁਰਾਤਨ ਦੇਖੋ ਦਰਸ਼ਨ ਕਰਵਾਓ ਮੇਰੇ ਦੇਖ ਸਕਦੇ ਹੋ ਜਿਵੇਂ ਬਹੁਤ ਹੀ ਸੰਘਣਾ ਇਹ ਇੱਕ ਆਪਾਂ ਕਹਿ ਸਕਦੇ ਹਾਂ ਮਿੰਨੀ ਫੋਰੈਸਟ ਏਰੀਆ ਹੈਗਾ ਜਿੱਥੇ ਬਹੁਤ ਸਾਰੇ ਦਰੱਖਤ ਲੱਗੇ ਹੋਏ ਨੇ ਮਤਲਬ ਇੱਥੋਂ ਦੀ ਹਵਾ ਵੀ ਬਹੁਤ ਤਾਜ਼ੀ ਆਪਾਂ ਮਹਿਸੂਸ ਕਰ ਸਕਦੇ ਹਾਂ ਬਹੁਤ ਹੀ ਜਿਵੇਂ ਆਪਾਂ ਕਹਿੰਦੇ ਹਾਂ ਆਕਸੀਜਨ ਦੀ ਮਤਲਬ ਬੰਦਾ ਖੁਸ਼ ਰਿਹਾ ਰਹਿੰਦਾ ਹੈ
ਅਸੀਂ ਬਹੁਤ ਜ਼ਿਆਦਾ ਮਤਲਬ ਸ਼ਾਂਤਮਈ ਇੱਥੇ ਫੀਲ ਕਰ ਰਹੇ ਹਾਂ। ਬਾਬਾ ਜੀ ਇਸ ਸਥਾਨ ਬਾਰੇ ਇਹ ਇੱਧਰ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਅੰਗੀਠਾ ਸਾਹਿਬ। ਠੀਕ ਹੈ ਜੀ ਅੰਗੀਠਾ ਸਾਹਿਬ ਇਹ ਬਾਬਾ ਕਾਹਨ ਦਾਸ ਜੀ ਮਹਾਰਾਜ ਜਦੋਂ ਸਰੀਰ ਛੱਡਿਆ ਮਹਾਰਾਜਿਆਂ ਨੇ ਆਦੋ ਤੁਹਾਨੂੰ ਅੰਦਰੋਂ ਦਰਸ਼ਨ ਕਰਵਾ ਦਿੰਦੇ ਹਾਂ। ਠੀਕ ਹੈ ਬਾਬਾ ਜੀ ਗੁਰਬਾਣੀ ਦੇ ਕਥਨ ਅਨੁਸਾਰ ਗਾਵਨ ਤੋਂ ਦੋਨੋਂ ਸਿੱਧ ਸਮਾਧੀ ਅੰਦਰ ਤੋਂ ਬਾਬਾ ਕਾਹਨ ਦਾਸ ਜੀ ਦਾਦੂ ਪੰਥੀ ਦੇ ਨਾਲ ਸੰਬੰਧ ਰੱਖਦੇ ਸੀਗੇ ਸੋ ਉਸ ਕਰਕੇ ਉਹਨਾਂ ਦੇ ਗੁਰੂ ਮਹਾਂਪੁਰਸ਼ਾਂ ਦੇ ਸਥਾਨ ਦੇ ਗੱਦੀ ਦੇ ਉਹਨਾਂ ਨੇ ਇੱਥੋਂ ਦੇ ਉਹਨਾਂ ਦੇ ਨਾਂ 'ਤੇ ਸਮਾਧ ਬਣਾਈ ਸੀਗੀ। ਅੱਛਾ ਬਾਬਾ ਜੀ ਗਾਵਨ ਤੋਂ ਦੋਨੋਂ ਸਿੱਧ ਸਮਾਧੀ ਅੰਦਰ ਅੱਜ ਵੀ ਮਹਾਰਾਜ ਹਾਜ਼ਰ ਨਾ ਵਾਹਿਗੁਰੂ ਸਮਾਧੀ ਦੇ ਵਿੱਚ ਗਾ ਰਹੇ ਜੀ ਧਾਰਮਿਕ ਸਥਾਨ ਇਹ ਅੰਗੀਠਾ ਸਾਹਿਬ। ਸੋ ਮਹਾਰਾਜ ਦੇ ਸੇਵਕ ਹੁੰਦੇ ਸੀ ਭਾਈ ਰੱਬੀ ਰਾਮ ਜੀ ਚੰਗਾਲ ਤੋਂ। ਅੱਛਾ ਜੀ ਪਹਿਲਾਂ ਇੱਥੇ ਮਹਾਰਾਜ ਦੇ ਜ਼ਿਆਦਾਤਰ ਮਹਾਰਾਜ ਚੰਗਾਲ ਹੀ ਜਾਂਦੇ ਸੀਗੇ ਕਿਉਂਕਿ ਮਹਾਂਪੁਰਸ਼ ਜਿਹੜੇ ਬਾਬਾ ਕਾਹਨ ਦਾਸ ਜੀ ਬੜੇ ਤਕੜੇ ਸਿੱਧ ਹੋਏ ਨੇ ਇਹਨਾਂ ਦਾ ਖਾਣ ਪੀਣ ਵੀ ਬੜਾ ਸਾਦਾ ਸੀਗਾ। ਇਹ ਜੰਗਲ ਦੇ ਵਿੱਚੋਂ ਹੀ ਭੱਖੜਾ ਵੱਢ ਕੇ ਖਾ ਲੈਣਾ ਜਾਂ ਫਿਰ ਬਾਥੂ ਬਸ ਉਬਾਲ ਕੇ ਖਾ ਲੈਂਦੇ ਸੀ। ਜੇ ਕਈ ਵਾਰ ਉਹਨਾਂ ਨੂੰ ਰੋਟੀ ਦੀ ਇੱਛਾ ਹੁੰਦੀ ਬਹੁਤ ਘੱਟ ਹੀ ਸਕਦੇ ਸੀ। ਬਜ਼ੁਰਗਾਂ ਦੱਸਣ ਅਨੁਸਾਰ ਇੱਥੋਂ ਦੇ ਬਹੁਤ ਹੀ ਵਿਦਵਾਨ ਪੰਡਿਤ ਪਿਆਰੀ ਲਾਲ ਜੀ ਹੋਏ ਨੇ ਜੋ ਇਹਨਾਂ ਨੂੰ ਇਹ ਉਸ ਸਮੇਂ ਵਿੱਚ ਇਕੱਲੇ ਵੇਦਾਂਤੀ ਮਹਾਂਪੁਰਸ਼ ਸੀ। ਬਾਬਾ ਕਾਹਨ ਦਾਸ ਜੀ ਵੇਦਾਂਤ ਪੜ੍ਹੇ ਹੋਏ ਸੀ ਇਹਨਾਂ ਨੇ ਬੜੇ ਵੇਦਾਂਤੀ ਬ੍ਰਹਮ ਗਿਆਨੀ ਸਾਧੂ ਪੈਦਾ ਕੀਤੇ ਨੇ। ਸੋ ਉਹਨਾਂ ਦੱਸਣ ਅਨੁਸਾਰ ਆਇਆ ਵੀ ਰੱਬੀ ਰਾਮ ਜੀ ਜਦੋਂ ਕੁਝ ਸਮਾਂ ਪਾ ਕੇ ਢਿੱਲੇ ਹੋ ਗਏ ਨਾ ਬੜਾ ਪ੍ਰੇਮ ਸੀ ਮਹਾਰਾਜ ਜੀ ਦਾ। ਸੋ ਢਿੱਲੇ ਹੋ ਗਏ ਅਤੇ ਕੁਝ ਸਮੇਂ ਬਾਅਦ ਉਹ ਸਰੀਰ ਛੱਡ ਗਏ ਸੀ। ਠੀਕ ਹੈ ਫਿਰ ਉਦੋਂ ਮਹਾਰਾਜ ਜੀ ਨੇ ਹੁਕਮ ਕੀਤਾ ਪਰਿਵਾਰ ਨੂੰ ਵੀ ਤੁਸੀਂ ਸੰਸਕਾਰ ਨਾ ਕਰੋ ਤਾਂ ਕਸੀ ਨਹੀਂ ਆਉਂਦੇ। ਪਰ ਕੁਝ ਲੋਕ ਅਨਸਰ ਹੁੰਦੇ ਨੇ ਵਿੱਚ ਵਿਰੋਧੀ ਉਹ ਕਹਿਣ ਲੱਗੇ ਵੀ ਹੁਣ ਬਾਬਾ ਜੀ ਦੀ ਕਿੱਥੋਂ ਆਉਣਾ ਵੀ ਸੰਸਕਾਰ ਕਰ ਦਿਉ ਸ਼ਾਮ ਦਾ ਟਾਈਮ ਹੋ ਗਿਆ ਸਵੇਰ ਦੀ ਜਿਹੜੀ ਉਹਨਾਂ ਦਾ ਸਰੀਰ ਪਿਆ ਸੀਗਾ। ਫਿਰ ਜਦੋਂ ਮਹਾਂਪੁਰਸ਼ ਸੰਸਕਾਰ ਕਰਨ ਲੱਗੇ ਸੀਤਾ ਦੇ ਦਿੱਤੀ ਉਹਨੂੰ ਸਰੀਰ ਨੂੰ ਤਾਂ ਫਿਰ ਬਾਬਾ ਕਾਹਨ ਦਾਸ ਜੀ ਉਹ ਛੋਟੀ ਜਿਹੀ ਵਸਤੂ ਲੱਕੜ ਲੈ ਕੇ ਚਲੇ ਗਏ। ਠੀਕ ਹੈ ਜਾ ਕੇ ਉੱਥੇ ਫਿਰ ਮਹਾਰਾਜ ਨੇ ਜਲਦੀ ਜਿਹੜਾ ਸਿੱਟ ਕੇ ਰੱਬੀ ਰਾਮ ਕਹਿਣ ਲੱਗੇ ਸੰਗਤ ਕਹਿੰਦੇ ਰੱਬੀ ਰਾਮ ਤੂੰ ਚਲਾ ਗਿਆ ਕਹਿੰਦੇ ਅਸੀਂ ਵੀ ਆਉਂਦੇ ਹਾਂ। ਫਿਰ ਉਸ ਤੋਂ ਬਾਅਦ ਬਾਬਾ ਜੀ ਨੇ 8 ਦਿਨਾਂ ਬਾਅਦ ਮਹਾਰਾਜ ਨੇ ਮੌਨ ਧਾਰਿਆ 8 ਦਿਨ ਉਹ ਤੋਂ ਬਾਅਦ ਫਿਰ ਮਹਾਰਾਜ ਉੱਥੇ ਚੰਗਾਰ ਨਗਰ ਵਿੱਚ ਸਰੀਰ ਛੱਡ ਗਏ ਸੀ ਅਤੇ ਉਹ ਫਿਰ ਬਜ਼ੁਰਗਾਂ ਨੇ ਰਹਿ ਮਸ਼ਵਰਾ ਕਰਕੇ ਜਗ੍ਹਾ 'ਤੇ ਉਹਨਾਂ ਦਾ ਸੰਸਕਾਰ ਕੀਤਾ ਅਤੇ ਅੱਜ ਤੁਸੀਂ ਸਥਾਨ ਦੇਖ ਸਕਦੇ ਹੋ ਉਹਨਾਂ ਜਗ੍ਹਾ 'ਤੇ। ਇਹਨਾਂ ਦਾ ਬਾਬਾ ਜੀ ਜਿਹੜੇ ਬਾਬਾ ਕਾਹਨ ਦਾਸ ਜੀ ਜਿਨ੍ਹਾਂ ਦੀ ਇਹ ਸਥਾਨ ਹੈ ਉਹਨਾਂ ਦਾ ਕੋਈ ਸਰੂਪ ਜਾਂ ਕੋਈ ਐਵੇਂ ਆਪਾਂ ਨਹੀਂ ਹੈਗਾ ਉਸ ਕੀ ਉਹਨਾਂ ਦਾ ਮਤਲਬ ਸਰੂਪ ਹੈ ਜਾਂ ਕੀ? ਉਹਨਾਂ ਦਾ ਅਸੀਂ ਬੜੀ ਖੋਜ ਕਰਨ ਦੀ ਕੋਸ਼ਿਸ਼ ਕੀਤੀ ਸਾਨੂੰ ਵੀ 2.5 ਸਾਲ ਹੋ ਗਏ ਖੋਜ ਕਰਦੇ ਨੂੰ ਪਰ ਹਾਲ ਤੱਕ ਉਹਨਾਂ ਦਾ ਕੋਈ ਸਰੂਪ ਨਹੀਂ ਮਿਲਿਆ। ਠੀਕ ਹੈ ਬਾਬਾ ਜੀ ਦਾ ਮਤਲਬ ਜਿਹੜੇ ਪੁਰਾਤਨ ਲੋਕਾਂ ਨੇ ਵੀ ਨਹੀਂ ਉਹ ਪੁਰਾਤਨ ਲੋਕ ਸਾਨੂੰ ਬੜੇ ਇਹਨਾਂ ਦੇ ਬੜੇ ਸੇਵਕ ਵੀ ਮਿਲੇ ਨੇ ਪੁਰਾਤਨ ਪਰ ਉਹਨਾਂ ਨੂੰ ਕੋਈ ਸਰੂਪ ਬਾਬਾ ਜੀ ਦਾ ਨਹੀਂ ਮਿਲਿਆ। ਇਹ ਝੜੇ ਵਿੱਚ ਬੁਕਤੀ ਰਹੇ ਨੇ ਉਹ ਮਹਾਂਪੁਰਸ਼ ਬਹੁਤਾ ਮਤਲਬ ਜਿਹੜਾ ਉੱਥੇ ਪਿੱਛੇ ਜਿਹੜਾ ਆਪਾਂ ਕਹਿ ਦਿੰਦੇ ਹਾਂ ਭੋਰਾ ਸਾਹਿਬ ਆ ਉੱਥੇ ਉਹਨਾਂ ਨੇ ਕਿੰਨੇ 40 ਸਾਲ ਤੱਕ 40 ਸਾਲ ਤੱਕ ਕੀਤਾ ਬਾਬਾ ਜੀ ਉੱਥੇ ਵਿੱਚ ਰਹਿ ਕੇ ਤਪਸਥਾਨ ਕਿਉਂ ਇਹ ਤਪਸਥਾਨ ਦੱਸਣ ਆਉਂਦਾ ਇੱਕ ਬਾਬਾ ਜੀ ਦਾ ਬਚਨ ਸਿੰਘ ਵੀ ਬਾਬਾ ਜੀ ਦਾ ਉੱਥੋਂ ਚੰਗਾਲ ਤੋਂ ਸੇਵਕ ਹੁੰਦਾ ਸੀ ਉਹਨੂੰ ਮਹਾਰਾਜ ਜੀ ਨੇ ਬਚਨ ਕਰਿਆ ਸੀ ਵੀ ਤੁਸੀਂ ਰਾਤ ਨੂੰ ਸਾਡੇ ਕੋਲ ਨਾ ਆਇਆ ਕਰੋ। ਠੀਕ ਹੈ ਕਿਉਂ ਅਗਲੇ ਵਾਲੀ ਜ਼ਮੀਨ ਸੀਗੀ ਫਿਰ ਮਹਾਰਾਜ ਜੀ ਨੇ ਜਦੋਂ ਉਹ ਇੱਕ ਦਫ਼ਾ ਪਰਖਣ ਵਾਸਤੇ ਮਹਾਰਾਜ ਜੀ ਨੂੰ ਜ਼ਮੀਨ 'ਚ ਪਾਣੀ ਲਾਉਂਦਾ ਰਾਤ ਨੂੰ 1:30 ਵਜੇ ਦਾ ਸਮਾਂ ਸੀ ਉਹ ਆ ਗਿਆ ਉਹਨੇ ਕੀ ਦੇਖਿਆ ਉਹਦੇ ਅੱਖੀ ਦੱਸਣ ਦੀ ਗੱਲ ਹੈ ਉਹਨੇ ਅੱਖੀ ਦੇਖਿਆ ਸਾਰਾ ਕੁਛ ਨਹੀਂ ਅੱਜ ਕੱਲ੍ਹ ਮੰਨਣ 'ਚ ਨਹੀਂ ਆਉਂਦੀ ਗੱਲ ਇਹ ਵੈਸੇ ਕਰਾਮਾਂ ਤਾਂ ਸਭ ਮਹਾਰਾਜ ਦਰ 'ਤੇ ਹੈਗੀਆਂ ਨਾਮ ਜਪਣ ਉਹਨੇ ਆਪ ਖੁਦ ਦੱਸਿਆ ਸਾਨੂੰ ਬਚਨ ਸਿੰਘ ਹੁਣੀ ਪਿੱਛੇ ਸਮੇਂ ਸ੍ਰੀ ਛੱਡ ਕੇ ਗਏ ਨੇ ਉਹ ਕਹਿੰਦੇ ਮੈਂ ਉਰੇ ਚੱਲਿਆ ਆ ਗਿਆ ਅਤੇ ਮੈਂ ਕੀ ਦੇਖਿਆ ਬਾਬਾ ਕਾਹਨ ਦਾਸ ਜੀ ਮਹਾਰਾਜ ਨਾ ਬੱਬਰ ਸ਼ੇਰ ਦੀ ਦੇਹੀ ਵਿੱਚੋਂ ਆਪ ਪ੍ਰਗਟ ਹੋ ਕੇ ਕਹਿਣ ਲੱਗੇ ਕਹਿੰਦੇ ਬਚਨ ਸਿੰਘ ਤੈਨੂੰ ਹੁਕਮ ਕੀਤਾ ਸੀ ਤੂੰ ਆ ਗਿਆ ਉਰੇ। ਠੀਕ ਹੈ ਜੀ ਕਹਿੰਦੇ ਤੈਨੂੰ ਹੁਕਮ ਕੀਤਾ ਸੀ ਤੂੰ ਨਹੀਂ ਸੀ ਆਉਣਾ ਕਹਿੰਦੇ ਹੁਣ ਅੱਜ ਚਲਾ ਗਿਆ ਅੱਜ ਆ ਗਿਆ ਕਹਿੰਦੇ ਮੁੜ ਕੇ ਨਾ ਆਏ। ਅੱਛਾ ਇਸ ਸਥਾਨ 'ਤੇ ਜਦੋਂ ਆਉਣਾ ਦਿਨੇ ਆਇਆ ਕਰੋ ਕਿਉਂ ਬਾਬਾ ਜੀ ਰਾਤ ਨੂੰ ਇਕੱਲੇ ਹੀ ਜ਼ਿਆਦਾਤਰ ਰਹਿੰਦੇ ਸੀ ਇਹਨਾਂ 'ਚ ਸਮਰੱਥਾ ਸੀ ਹੋਰ ਵੀ ਦੱਸਣ ਯੋਗ ਹੈ ਕਹਿੰਦੇ ਮਹਾਂਪੁਰਸ਼ ਸਰੀਰ ਦੀ ਪਲਟ ਲੈਂਦੇ ਸੀ ਦੇਹੀ ਪਲਟ ਲੈਂਦੇ ਸੀ ਅੱਜ ਇਹੋ ਜਿਹੇ ਮਹਾਂਪੁਰਸ਼ ਹੋਰ ਵੀ ਹੈਗੇ ਨੇ ਬਾਬਾ ਭਰਤ ਦਾਸ ਜੀ ਵੀ ਹੈਗੇ ਨੇ ਉਹ ਵੀ ਦੇਹੀ ਪਲਟਣ ਦੀ ਸਮਰੱਥਾ ਰੱਖਦੇ ਨੇ ਅੱਜ ਵੀ ਐਸੇ ਸਾਧੂ ਹੈਗੇ ਨੇ ਐਸੀ ਗੱਲ ਨਹੀਂ ਹੈ। ਸੋ ਤੁਸੀਂ ਦੇਖ ਸਕਦੇ ਹੋ ਕਿੰਨੀ ਹਰਿਆਲੀ ਸੇਵਾਦਾਰ ਨਿੱਤ ਸੇਵਾ ਕਰਦੇ ਨੇ ਅਤੇ ਤੁਸੀਂ ਆਹ ਦੇਖ ਰਹੇ ਹੋ ਇਹ ਪੁਰਾਤਨ ਜੰਡੀ ਹੈ। ਹਾਂਜੀ ਹਾਂਜੀ ਇਹ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਇਹ ਵੀ ਬਹੁਤ ਹੀ ਵਿਸ਼ਾਲ ਪੱਧਰ 'ਤੇ ਫੈਲੀ ਹੋਈ ਹੈ। ਹਾਂਜੀ ਇਹ ਜੰਡੀ ਦਾ ਦਰਖਤ ਹੈ।
सकते हैं। सुबह वो झंडी है जो तो बाबा तरसिंह जी महाराज जंगी जथा इतने कटाई कर रहा है उदो ना जंगी जथे जथेदार बाबा उत्तम सिंह जी कांजले वाले महापुरश पूरे आरा चल रहा है। आरे बिच उनका हथ बाँह आके कट गई सी नालों अलग हो गई सी ते बाबा जी का हुक्म सीगा भी तुसी जो तक साडा कोई चिट्ठी पत्र सुनेहा नहीं आता भी तुसी मस्तुआने नहीं आना। फिर वह तीन दिन अपनी बाँह में अलग लैके बैठे रहे तो कुछ सेवादान दस्या बाबा तरसिंह जी फिर खुद चल के आए इतने तो झंडी थले खड़ के उन्होंने वो बाँह ना जोड़ के खद्दर का कपड़ा लपेटिया तो वचन किया कहते उत्तम सिंह तेरी आ जी बाँह है दूसरी बाँह नालों भी ज़्यादा काम करूगी। फिर महापुरशां ने देखो खद्दर का कपड़ा लपेट के लग हुई तीन दिनों तो बाँह और इतें खड़ के झंडी थले खड़ के महाराज ने नाल जोड़ी सी मैं सुनिया मतलब ये स्थान बहुत ही साधुआ संत बहुत ऋषि मुनिया ने तप किया कहने मुताबिक मतलब अतर सिंह जी जेडे मस्तवाणा साहब बीसवीं सदी के अवतार वह भी इस स्थान से मतलब अपने हाजरी लवाते हाजरी लवाते दिने दिने महापुरश बाबा अतर सिंह जी उरे पलंग डा के उत्थे उधर रेरू हुंदा सी पहला कमरे बने ने हुण। अच्छा जी फिर वह महापुरश उरे दिने दिने उरे बह के सेवा कराउंदे सी रात नूं मस्तवाणा साहब चले जांदे सी। ठीक है बाबा जी कोले बाबा कानदास जी बाबा अतर सिंह जी ते बाबा साहिबदास जी रात नूं इकट्ठे हुंदे सी। बाबा जी ये जिहड़ी आ खूही है इहदा इतिहास जिवें कि बाबा अतर सिंह जी महाराज ने अपनी हत्थी लवाई सी जिवें कि इत्थे दर्शक देख सकदे ने इह हैगी आ इह खूही उस समें दी है जदों श्रीमान 111 संत बाबा अतर सिंह जी महाराज ने इस स्थान ते एक बहुत वड्डे बीड़ दी कटाई समें इत्थे बैठ के अपनी जंगी जथे अते संगतां तों सेवा करवाई ਅਤੇ ਉਹ ਜਥਾ ਅਤੇ ਸੰਗਤਾਂ ਇਸ ਖੂਹੀ ਦਾ ਜਲ ਛਕਿਆ ਅਤੇ ਇਸ਼ਨਾਨ ਕਰਿਆ ਕਰਦੇ ਸਨ। ਧੰਨ ਬਾਬਾ ਕਾਨਦਾਸ ਜੀ ਮਹਾਰਾਜ ਜਦੋਂ ਇਸ ਸਥਾਨ 'ਤੇ ਤਪ ਕਰਿਆ ਕਰਦੇ ਸਨ ਉਹ ਵੀ ਇਸ ਖੂਹੀ ਦਾ ਜਲ ਵਰਤਿਆ ਕਰਦੇ ਸਨ। ਜਿਵੇਂ ਕਿ ਦੇਖ ਸਕਦੇ ਹਾਂ ਇਹ ਖੂਹੀ ਬਹੁਤ ਹੀ ਡੂੰਘੀ ਆਪਾਂ ਕਹਿ ਸਕਦੇ ਹਾਂ। ਬਾਬਾ ਜੀ ਇਹਦੇ ਵਿੱਚ ਹਾਲੇ ਵੀ ਪਾਣੀ ਆਉਂਦਾ ਹੈ ਜਾਂ ਕਿਵੇਂ? ਹਾਂਜੀ ਹੁਣ ਤੱਕ ਇਹਦੇ ਵਿੱਚ ਪਾਣੀ ਆਉਂਦਾ ਰਿਹਾ ਕੁਝ ਸਮਾਂ ਇਹ ਸਥਾਨ ਬੰਦ ਪਿਆ ਰਿਹਾ ਕਿਉਂਕਿ ਬਾਬਾ ਕਾਨਦਾਸ ਜੀ ਤੋਂ ਮਹਾਰਾਜ ਤੋਂ ਬਾਅਦ ਫਿਰ ਸੰਤ ਮਹਾਰਾਜ ਬਾਬਾ ਬਲਵੰਤ ਸਿੰਘ ਜੀ ਛੋੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਨੇ ਜੰਗਲ ਵਿੱਚ ਮੰਗਲ ਲਾਏ ਮਤਲਬ ਉਹਨਾਂ ਨੇ ਵੀ ਇੱਥੇ ਇਸ ਸਥਾਨ ਤੇ ਦੀਵਾਨ ਸਜਾਇਆ ਕਰਦੇ ਸੀ। ਸੁਣਨ ਅਨੁਸਾਰ 17 ਸਾਲ ਮਹਾਂਪੁਰਸ਼ਾਂ ਨੇ ਲਗਾਤਾਰ 2000 ਵਿੱਚ ਤੋਂ 1900 ਦੇ ਵਿੱਚ ਕੁਝ ਮਹਾਰਾਜ ਇੱਥੇ ਆ ਗਏ ਸੀਗੇ ਦੱਸਣ ਅਨੁਸਾਰ ਕਿਉਂਕਿ ਮਹਾਂਪੁਰਸ਼ਾਂ ਜਦੋਂ ਇਹ ਧਰਤੀ ਨਾਲ ਬੜਾ ਪ੍ਰੇਮ ਸੀ ਕਿਉਂਕਿ ਬਾਬਾ ਕਾਨਦਾਸ ਵੀ ਛੋੜੇ ਦੀ ਸੀ ਜਦੋਂ ਆਲੇ ਦੁਆਲੇ ਇਲਾਕਿਆਂ ਵਿੱਚ ਮਹਾਰਾਜ ਨੇ ਵਿਚਰਨਾ ਦੀਵਾਨ ਲਾਉਣੇ ਤਾਂ ਜ਼ਰੂਰ ਇੱਥੇ ਖੜ ਕੇ ਜਾਂਦੇ ਸੀ ਮਹਾਂਪੁਰਸ਼। ਬਾਬਾ ਬਲਵੰਤ ਸਿੰਘ ਜੀ ਬਹੁਤ ਜ਼ਿਆਦਾ ਉਹਨਾਂ ਦਾ ਇਸ ਧਰਤੀ ਨਾਲ ਪ੍ਰੇਮ ਸੀ ਉਹਨਾਂ ਨੇ ਵੀ ਇਸ ਧਰਤੀ 'ਤੇ 17 ਸਾਲ ਬਹੁਤ ਕੀਰਤਨ ਵੱਡਾ ਆਨੰਦ ਵਰਤਾਇਆ ਹਰ ਸਾਲ ਬਰਸੀ ਮਨਾਉਂਦੇ ਸੀ ਉਦੋਂ ਵੀ ਮਹਾਂਪੁਰਸ਼ ਆਉਂਦੇ ਸੀ ਅਤੇ ਵੈਸੇ ਵੀ ਖੜ੍ਹਦੇ ਰਹਿੰਦੇ ਸੀਗੇ ਸੋ ਇਹ ਖੂਹੀ ਉਸ ਸਮੇਂ ਦੀ ਪੁਰਾਤਨ ਖੂਹੀ ਹੈ। ਫਿਰ ਕੁਝ ਸਮਾਂ ਉਹਨਾਂ ਤੋਂ ਬਾਅਦ ਬਾਬਾ ਬਲਵੰਤ ਸਿੰਘ ਜੀ ਸੱਚਖੰਡ ਚਲੇ ਗਏ ਤੋਂ ਬਾਅਦ ਇਹ ਸਥਾਨ ਕੁਝ ਸਮਾਂ ਐਂ ਬੀਆਬਾਨ ਹੋ ਚੁੱਕਿਆ ਸੀ ਅਤੇ ਹੁਣ ਤੱਕ ਇਹ ਵੀ ਜਲ ਆਉਂਦਾ ਰਿਹਾ। ਚਲੋ ਮਹਾਰਾਜ ਕਿਰਪਾ ਕਰਨ ਅੱਗੇ ਵੀ ਅਸੀਂ ਉਪਰਾਲਾ ਕਰਾਂਗੇ ਵੀ ਇਸ ਖੂਹੀ ਦਾ ਜਲ ਸੰਗਤਾਂ ਨੂੰ ਛਕਾਈਏ। ਆਪਾਂ ਅੱਗੇ ਚੱਲਦੇ ਹਾਂ ਅੱਗੇ ਦੇਖਦੇ ਹਾਂ ਸਥਾਨ ਬਾਰੇ। ਬਾਬਾ ਜੀ ਇੱਧਰ ਵੀ ਕੋਈ ਇਸ ਸਥਾਨ ਦਾ ਪੁਰਾਤਨ ਇਤਿਹਾਸ ਪਹਿਲਾਂ ਸੁਣਨ 'ਚ ਆਇਆ ਬਜ਼ੁਰਗਾਂ ਤੋਂ ਵੀ ਇੱਥੇ ਇੱਕ ਤ੍ਰਿਵੇਣੀ ਦਾ ਦਰਖਤ ਹੁੰਦਾ ਸੀ ਪਹਿਲਾਂ ਤ੍ਰਿਵੇਣੀ ਉਹ ਦਰਖਤ ਥੱਲੇ ਤਿੰਨੇ ਮਹਾਂਪੁਰਸ਼ ਬਾਬਾ ਸਾਹਿਬਦਾਸ ਬਾਬਾ ਕਾਨਦਾਸ ਅਤੇ ਬਾਬਾ ਅਤਰ ਸਿੰਘ ਜੀ ਬਹਿ ਕੇ ਗੁਰਮਤਿ ਦੀਆਂ ਵਿਚਾਰਾਂ ਕਰਦੇ ਹੁੰਦੇ ਸੀ। ਠੀਕ ਹੈ ਮਤਲਬ ਜਿਹੜੇ ਬਾਬਾ ਜੀ ਆਪਾਂ ਕਹਿੰਦੇ ਹਾਂ ਬਾਬਾ ਨਗਨ ਜੀ ਸਾਹਿਬਦਾਸ ਜੀ ਸੰਗਰੂਰ ਵਿਖੇ ਹਾਂਜੀ ਸੰਗਰੂਰ ਦੇ ਸਥਾਨ ਬਣੇ ਹੋਏ ਨੇ ਉਹ ਮਹਾਂਪੁਰਸ਼ ਵੀ ਇੱਥੇ ਰਾਤ ਨੂੰ ਆਉਂਦੇ ਹੁੰਦੇ ਸੀਗੇ। ਮਤਲਬ ਇਹ ਤਿੰਨ ਮਹਾਂਪੁਰਸ਼ ਗੁਰਭਾਈ ਸੀ ਆਪਸ ਇਕੱਠੇ ਹੁੰਦੇ ਸੀਗੇ ਅਤੇ ਵਿਚਾਰਾਂ ਕਰਦੇ ਸੀਗੇ ਅਤੇ ਬਜ਼ੁਰਗਾਂ ਦੱਸਣ ਅਨੁਸਾਰ ਆਇਆ ਵੀ ਉਹ ਜਿੱਥੇ ਕਿਉਂ ਗੁਰਬਾਣੀ ਵੀ ਕਹਿੰਦੀ ਹੈ ਨਾ ਜਿੱਥੇ ਬੈਸਣ ਸਾਹ ਜਨ ਸੋ ਥਾਨ ਹੁੰਦਾ ਉਹ ਧਰਤੀ ਇੰਨੀ ਪਾਕ ਹੋ ਚੁੱਕੀ ਸੀ ਅਤੇ ਉਹ ਦਰਖਤ ਵੀ ਇੰਨਾ ਕਰਾਮਾਤੀ ਸੀ ਕਹਿੰਦੀ ਜਿਹੜੀ ਮੱਝਾਂ ਦੁੱਧ ਨਹੀਂ ਸੀ ਦਿੰਦੀਆਂ ਔਸਰ ਝੋਟੀ ਜਿਹਨੂੰ ਕਹਿ ਦਿੰਦੇ ਨੇ ਦੁੱਧ ਨਹੀਂ ਦਿੰਦੀਆਂ ਉਹ ਵੀ ਉਰੇ ਤ੍ਰਿਵੇਣੀ ਥੱਲੇ ਖੜ੍ਹ ਕੇ ਕਹਿੰਦੇ ਅੱਖੀ ਦੇਖੀ ਗੱਲ ਹੈ ਸੰਗਤਾਂ ਦੀ ਉਹਨੇ ਖੜ੍ਹ ਕੇ ਦੁੱਧ ਦਿੱਤਾ ਸੀ ਤ੍ਰਿਵੇਣੀ ਥੱਲੇ ਉਹ ਦਰਖਤ ਪਹਿਲਾਂ ਉਰੇ ਹੁੰਦਾ ਸੀਗਾ ਹੁਣ ਕੁਝ ਠੀਕ ਹੈ ਅੰਸਰਾਂ ਵੱਲੋਂ ਕੱਟਿਆ ਗਿਆ ਬਹੁਤ ਹੀ ਸੋ ਆਪਾਂ ਕਹਿੰਦੇ ਹਾਂ ਸ਼ਕਤੀ ਵਾਲੀ ਜਿਹੜੀ ਜਗ੍ਹਾ ਜਿੱਥੇ ਤਪ ਬਹੁਤ ਹੀ ਸੰਗਤਾਂ ਦੀਆਂ ਸੁੱਖਾਂ ਵਾਰ ਆਉਂਦੀਆਂ ਨੇ ਪੁੱਤਰਾਂ ਵਾਲਿਆਂ ਨੂੰ ਪੁੱਤਰਾਂ ਦੁੱਧ ਵਾਲੇ ਦੁੱਧ ਨੇ ਦਾਤਾਂ ਮਹਾਰਾਜ ਦਿੰਦੇ ਨੇ ਸਾਰੀ ਹਾਜ਼ਰ ਨਾਜ਼ਰ ਨੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਸੋ ਮਾ ਇਸ ਦਰਖਤ ਨੂੰ ਦੇਖ ਸਕਦੇ ਆਪਾਂ ਬਹੁਤ ਹੀ ਕੰਪਲੈਕਸ ਸਟਰਕਚਰ ਜਿਹੜਾ ਆਪਾਂ ਦੇਖ ਸਕਦੇ ਹਾਂ ਇਹ ਅੱਜ ਕੱਲ੍ਹ ਜ਼ਿਆਦਾ ਦੇਖਣ ਨੂੰ ਨਹੀਂ ਮਿਲਦਾ ਕਿਤੇ ਥਾਂ 'ਤੇ ਇਹ ਦਰਖਤ ਬਹੁਤ ਹੀ ਜ਼ਿਆਦਾ ਪੁਰਾਣੇ ਦੇਖ ਸਕਦੇ ਹਾਂ ਆਪਾਂ ਇਹਦੇ ਜੜ੍ਹਾਂ ਵੀ ਮਤਲਬ ਨੀਚੋਂ ਦੁਬਾਰਾ ਉੱਗਣੀਆਂ ਸ਼ੁਰੂ ਹੋ ਗਈਆਂ ਜੜ੍ਹਾਂ ਦੇ ਵੀ ਦੇਖੋ ਦੁਬਾਰਾ ਜੜ੍ਹਾਂ ਦੇ ਧਰਤੀ ਨਾਲ ਲੱਗ ਚੁੱਕੀਆਂ ਜੜ੍ਹਾਂ ਨੇ ਬਹੁਤ ਪੱਕ ਹੋ ਗਈਆਂ ਇਹ ਪਿੱਪਲ ਹੈ ਬਾਬਾ ਜੀ ਨਹੀਂ ਜੀ ਇਹ ਬੋਹੜ ਬੋਹੜ ਦੇਖੋ ਬੋਹੜ ਦਾ ਦਰਖਤ ਨਿੰਮ ਕਿਵੇਂ ਫੈਲਿਆ ਹੋਇਆ ਬਹੁਤ ਪੁਰਾਤਨ ਦਰਖਤ ਇੱਥੇ ਦੇਖਣ ਨੂੰ ਤੁਸੀਂ ਦਰਸ਼ਨ ਕਰ ਸਕਦੇ
एक तरह का मतलब जंगली तरह का है मतलब स्थान है एरिया भाई। जिमें अस देख सकते हैं इतने आ मिट्टी मतलब इस स्थान की कोई कार सेवा मतलब कार सेवा इतनी चलती है निरंतर होंगी चल रही है। जिमें कि यह स्थान मतलब ये दरबार साहब है जिथे बाबा जी द्वारा हर महीने के पहले एतवार को दीवान सजाए जाते हैं। देख सकते हैं यदा मतलब बाबा जी इतने हाँ जी हाँ इतने हर महीने पहले एतवार को दीवान सजाए जाते हैं। सो संगतों को बेनती है बस चढ़ के स्थान के दर्शन करो दाता प्राप्त करो तो महीने के पहले एतवार को दीवाना भी चाहिए भर के हर रसकी जुड़ के ला लिया करो ताकि महाराज सू धन मन धन के नाम दे रोकता तंदुरुस्ती बख्शन महाराज कृपा कर वो तो सेवा करिए सेवन करिए जो असली मानवता का जो असली संदेश महाराज जी ने गुरमत प्रचार के नाम सू दसी है गुरु नानक पातशाह का कित करिए नाम मेरे बन के छकीिए सच्चे पातशाह सारा सिर से मेरा प्रयास रखन। धन्यवाद करते हैं बाबा जी का जिन्होंने इस स्थान के इतिहास में बहुत ही विस्थार पूर्वक दसन की कृपालता की है। संगतों को भी बेनती है जो भी इस वीडियो में देख रहे हैं इतने इस स्थान पर आके इस स्थान का आनंद माणो अपना जीवन सफल करो। वाहेगुरु जी का खालसा वाहेगुरु जी की फतेह।